ਸਾਡੇ ਅਲੱਗ ਨੇ ਇੱਥੇ ਵੀ ਦੋ ਨਹੀਂ ਇੱਥੇ ਵੀ ਲੱਗੀ ਆ ਜੀ ਫਤਿਹਗੜ੍ਹ ਦੀਆਂ ਕਈਆਂ ਸਪਲਾਈ ਆ ਕਈਆਂ ਪਿੰਡਾਂ 'ਚ ਲੱਗੀ ਆ ਅਤੇ ਬੰਬੀਆਂ ਜਿਹੜੀਆਂ ਖੇਤੀਬਾੜੀ ਵਾਲੀਆਂ ਬੰਬੀਆਂ ਨੂੰ ਵੀ ਸਪਲਾਈ ਹੈਗੀ ਆ ਨਹੀਂ ਇਸ ਤਰ੍ਹਾਂ ਦੇ ਨਹੀਂ ਕੋਈ ਉਹ ਨਹੀਂ ਉਹ ਹੈਗਾ ਸੀਗਾ ਥੋੜ੍ਹਾ ਜਿਹਾ ਕੰਡੀ ਖੇਤਰ ਦੇ ਵਿੱਚ ਹੈਗਾ ਸੀਗਾ ਇੱਥੇ ਨਹੀਂ ਜੇ ਧਿਆਨ ਚਾਹੂਗਾ ਦੇਖ ਲਾਂਗੇ ਵੈਸੇ ਤਾਂ ਸਾਡੇ ਏ ਪੀ ਫੀਡਰ ਅਤੇ ਦੂਜੇ ਜਿਹੜੇ ਫੀਡਰ ਦੂਜੇ ਅਲੱਗ ਨੇ ਅਸੀਂ ਕੰਡੀ ਏਰੀਏ ਦੇ ਵਿੱਚ ਥੋੜ੍ਹਾ ਜਿਹਾ ਹੈਗਾ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਅਲੱਗ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਸੜਕਾਂ ਕਾਫੀ ਨੇ ਨੈਸ਼ਨਲ ਹਾਈਵੇ ਵੀ ਨੇ ਸਟੇਟ ਹਾਈਵੇ ਵੀ ਨੇ ਮੇਜਰ ਡਿਸਟ੍ਰਿਕਟ ਰੋਡ ਵੀ ਨੇ 77,000-78,000 ਸੜਕਾਂ ਦਾ ਜਾਲ ਜਿਹੜਾ ਆ ਉਹ ਪੰਜਾਬ ਦੇ ਵਿੱਚ ਵਿਛਿਆ ਹਰ ਰੋਡ ਦੀ ਲਗਭਗ 5 ਕੁ ਸਾਲ ਬਾਅਦ ਰਿਪੇਅਰ ਜਿਹੜੀ ਹੈ ਨਾ ਉਹ ਡਿਊ ਹੋ ਜਾਂਦੀ ਹੈ ਪਰ ਬੜੀ ਬਦਕਿਸਮਤੀ ਦੇ ਨਾਲ ਹੀ ਕਹਿਣਾ ਪੈਂਦਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਉਸ ਸਮੇਂ ਦੇ ਦੌਰਾਨ ਜਦੋਂ ਰਿਪੇਅਰ ਡਿਊ ਸੀਗੀ ਉਹ ਰਿਪੇਅਰ ਨਹੀਂ ਕੀਤੀਆਂ ਰਿਪੇਅਰ ਨਹੀਂ ਮੁਰੰਮਤ ਨਹੀਂ ਹੋਈ ਜਿਹੜੇ ਸਮੇਂ ਅਨੁਸਾਰ ਹੋਣੀ ਚਾਹੀਦੀ ਸੀਗੀ ਰਾਦਰ ਟ੍ਰੈਫਿਕ ਵਧੀ ਸੜਕਾਂ ਟੁੱਟ ਗਈਆਂ ਜਾਂ ਇਹ ਵੀ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਆ ਕਿ ਕੋਈ ਮਟੀਰੀਅਲ ਦੇ ਵਿੱਚ ਵੀ ਬੜੀ ਮਤਲਬ ਜੋੜ ਤੋੜ ਜਿਹੜੇ ਨੇ ਹੁੰਦੇ ਰਹੇ ਨੇ ਸੋ ਹੁਣ ਅਸੀਂ ਰੋਡਸ ਨੂੰ ਕਰ ਰਹੇ ਹਾਂ ਕਾਫੀ ਇਸ ਵੇਲੇ 10,000 ਕਿਲੋਮੀਟਰ ਰੋਡਸ ਜਿਹੜੀਆਂ ਨੇ ਉਹਨਾਂ ਦੀ ਰਿਪੇਅਰ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਕੁਝ ਨਵੀਆਂ ਸੜਕਾਂ ਵੀ ਜਿਹੜੀਆਂ ਉਹ ਬਣਵਾ ਰਹੇ ਹਾਂ ਸੋ ਜਲਦੀ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਸੜਕਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਸੜਕਾਂ ਇਹ ਤੁਹਾਡੀ ਰਿਪੇਅਰ ਵਿੱਚ ਹੈਗੀਆਂ ਫਤਿਹਗੜ੍ਹ ਟੁੱਟੀਆਂ ਨੂੰ ਜਿਹੜੀਆਂ ਦੋ ਪਾਇਆ ਆਉਂਦੇ ਸੰਤਪੁਰਾ ਅਤੇ ਮਜੀਠਾ ਰੋਡ ਜਿਹੜੀ ਸਭ ਦੇਖੋ ਕੁਝ ਰੋਡਸ ਨੇ ਜਿਹੜੀਆਂ PWD ਕੋਲ ਨੇ ਕੁਝ ਰੋਡਸ ਨੇ ਮੰਡੀ ਬੋਰਡ ਕੋਲ ਠੀਕ ਆ ਉਹ ਸਾਰੀ ਬਾਈਫਰਕੇਸ਼ਨ ਹੋਈ ਪਈ ਆ ਮੈਂ ਹੁਣ ਐਗਜੈਕਟਲੀ ਇਹ ਨਹੀਂ ਕਹਿ ਸਕਦਾ ਵੀ ਇਹ ਜਿਹੜੀ ਤੁਸੀਂ ਰੋਡ ਦੀ ਗੱਲ ਕਰ ਰਹੇ ਹੋ ਇਹ PWD ਕੋਲ ਹੈ ਜਾਂ ਮੰਡੀ ਕੋਲ ਠੀਕ ਆ ਮੈਂ ਪਰ ਇਹ ਤੁਹਾਨੂੰ ਮੈਂ ਯਕੀਨ ਦਿਵਾਉਣਾ ਕਿ ਚਾਹੇ ਰੋਡ ਮੰਡੀ ਬੋਰਡ ਕੋਲ ਹੋਵੇ ਚਾਹੇ ਰੋਡ PWD ਕੋਲ ਹੋਵੇ ਅਸੀਂ ਸਾਰੀਆਂ ਰੋਡ ਜਿਹੜੀਆਂ ਨੇ ਉਹ ਰਿਪੇਅਰ ਕਰਨ ਜਾ ਰਹੇ ਹਾਂ ਜਿੱਥੇ ਨਵੀਂ ਬਣਾਉਣ ਦੀ ਲੋੜ ਆ ਉੱਥੇ ਨਵੀਂ ਵੀ ਬਣਾਉਣੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬਸ ਹਾਂ ਠੀਕ ਆ ਆ ਗਏ